ਸੁੱਖ ਸੀ ਭਰਾ ਉਹਨੂੰ ਤਾਂ ਡੀਕਣ ਡਿਆ ਵਾ ਬੜੇ ਜ਼ਿਆਦਾ 500 ਰੁਪਇਆ ਲੈ ਕੇ ਗਿਆ ਸੀ ਦਵਾਈ ਵਾਸਤੇ ਹਜੇ ਤੱਕ ਨਹੀਂ ਮੁੜਿਆ ਦੇ ਪੈਸੇ ਯਾਰ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਮੇਰੇ ਕੋਲ 500 ਰੁਪਇਆ ਸੀ ਉਹ ਵੀ ਦਵਾਈ ਵਾਲੇ ਨੇ ਲੈ ਲਿਆ ਹੁਣ ਮੇਰੇ ਕੋਲ ਤਾਂ ਰੁਪਈਆ ਨਹੀਂ ਹੈਗਾ ਤੂੰ ਦੇ ਦੇ ਮੇਰੇ ਪੁੱਛ ਹੈ ਹੀ ਕੁਛ ਨਹੀਂ ਹੈ ਮੈਂ ਤਾਂ ਪੱਠੇ ਪੰਮਦਾ ਆ ਗਿਆ ਵੇ ਤੁਹਾਨੂੰ ਮੈਂ ਨਾ 500 ਪਵਾ ਦੇਣਾ ਹੋਰ ਤੁਸੀਂ ਮੈਨੂੰ 500 ਹੱਥੀ ਦੇ ਦਿਓ ਮੈਂ ਕੁਲਿਪ ਮੈਂ ਤਾਂ ਕੁਲਿਪ ਲਾਉਣ ਦੇ ਮਕਾਨੇ ਵਾਂ ਜਾਵਾਂ ਨਮਾਉਣ ਦੇ ਘਰ ਜਦੋਂ ਦਾ ਨਸ਼ਿਆਂ ਵਿੱਚ ਪਿਆ ਨਾ ਸਾਡੇ ਘਰ ਦਾ ਨਹੀਂ ਕੁਛ ਬਣ ਡਿਆ ਇਹ 24 ਘੰਟੇ ਧੁੰਦ ਰਹਿੰਦਾ ਵਾ ਇਹਨੂੰ ਦੀਨ ਦੁਨੀਆ ਦਾ ਕੋਈ ਪਤਾ ਹੀ ਨਹੀਂ ਆ ਕਿ ਦੁਨੀਆ ਕਿੱਥੇ ਵਸਣ ਡੀ ਆ ਇਹਨੂੰ ਬਸ ਆਪਣੇ ਨਸ਼ੇ ਦਾ ਹੀ ਵਾਸਤਾ ਵਾ ਹਰਮਨ ਰੋਟੀ ਪੱਕ ਗਈ ਲੈ ਜਾਓ ਜਾ ਆਪਣੇ ਪੇਕਿਆਂ ਨੂੰ ਦੇਵਾ ਰੋਟੀ ਜਾ ਕੇ ਜੋ ਤੈਨੂੰ ਉਦੋਂ ਕਿਹਾ ਸੀ ਰੋਟੀ ਪਕਾਉਣ ਨੂੰ ਤੂੰ ਬੜਾ ਕੁੱਤ ਕਲੇਸ਼ ਪਾਇਆ ਸੀ ਤੁਹਾਨੂੰ ਕੀ ਲੜ ਗਿਆ ਬਾਹਰ ਜਾ ਕੇ ਬੜੇ ਗਰਮ ਹੋਏ ਫਿਰਦੇ ਜੇ ਹੁਣ ਆ ਗਈ ਆ ਸੁੱਖ ਨੂੰ ਮੈਂ ਕਿਹਾ ਸੀ ਅੱਜ ਰੀਪਰ ਲੱਗਣਾ ਆਪਣੇ ਤੇ ਦਵਾਈ ਲੈ ਕੇ ਟਾਈਮ ਨਾਲ ਘਰ ਆ ਜੀ ਉਹ ਹਜੇ ਤੱਕ ਵਾਪਸ ਨਹੀਂ ਆਇਆ ਰੀਪਰ ਵਾਲੇ ਹੋਰ ਕੇ ਥਾਂ ਲੱਗੇ ਜਾ ਕੇ ਮੇਰੇ ਤੇ ਕੋ ਗਰਮ ਹੋਣ ਡੇ ਜੇ ਮੇਰੇ ਤੋਂ ਪੁੱਛ ਕੇ ਭੇਜਿਆ ਸੀ ਉਹਨੂੰ ਕਿਤੇ ਕੋਈ ਨਾ ਆ ਲੈਂਦੇ ਉਹਨੂੰ ਕਰ ਲੈਂਦੇ ਗੱਲ ਉਹਦੇ ਨਾਲ ਵੀ ਭਾਬੀ ਆ ਪਾਣੀ ਦਾ ਗਲਾਸ ਦਿਓ ਮੈਂ ਦਵਾਈ ਖਾਣੀ ਆ ਲੈ ਆ ਗਿਆ ਤੇਰਾ ਭਰਾ ਮੈਂ ਉਹਨੂੰ ਦਿੰਦੀ ਸ਼ਰਬਤ ਘੋਲ ਕੇ ਜਦੋਂ ਤੈਨੂੰ ਮੈਥੋਂ ਕਹਿ ਕੇ ਭੇਜਿਆ ਸੀ ਕਿ ਅੱਜ ਤੂੜੀ ਬੰਨੀ ਆ ਹੈ ਦਵਾਈ ਲੈ ਕੇ ਟਾਈਮ ਨਾ ਘਰ ਆ ਜੀ ਤੂੰ ਸਾਰਾ ਦਿਨ ਕਿੱਥੇ ਕੱਢ ਆਇਆ ਵਾ ਪਹਿਲਾਂ ਇਹਦੇ ਹੱਲ ਵੇਖੋ ਇਹਦੇ ਕੋਲ ਖਲੋਤਾ ਨਹੀਂ ਜਾਣ ਡਿਆ ਤੇਰਾ 500 ਦਿੱਤਾ ਨਾ ਦਵਾਈ ਦਵੂਈ ਨਹੀਂ ਲੈ ਕੇ ਆਇਆ ਟੀਕਾ ਲਾਇਆ ਵਾ ਪੈਸੇ ਦੇਣ ਲੱਗਿਆ ਮੇਰੇ ਮਨ 'ਚ ਇਹ ਗੱਲ ਆਉਣ ਡੀ ਸੀ ਇਹਨੇ ਕੋਈ ਦਵਾਈ ਦਵੂਈ ਨਹੀਂ ਲਿਆਉਣੀ ਇਹਨੇ ਕੋਈ ਨਸ਼ਾ ਕਰਕੇ ਹੀ ਆਉਣਾ ਘਰ ਮੈਂ ਤਾਂ ਇਹੋ ਹੀ ਸੋਚਣ ਡੀ ਹਾਂ ਤੇਰਾ ਚੌਂਕਾ ਚੁੱਲ੍ਹਾ ਅੱਡ ਕਰੀਏ ਤੇ ਆਪੇ ਰੋਟੀ ਪਕਾ ਕੇ ਆਪਣੀ ਖਾਊਗਾ ਫਿਰ ਇਹਦੀ ਅਗਲ ਟਿਕਾਣੇ ਆਉਣੀ ਆ ਅੱਡ ਹੋ ਗਏ ਵੀ ਇਹਨੇ ਸਾਨੂੰ ਹੀ ਖਾਣਾ ਵਾ ਇਹਦੇ ਕੋਲ ਆਪਣੀ ਕਿੱਥੋਂ ਪੱਕਣੀ ਆ ਵੇਖਣ ਦੇ ਫਿਰ ਸਾਡੇ ਚੁੱਲ੍ਹੇ ਵਾਲੀ ਆ ਮੈਂ ਵੀ ਕਿਹੜੀ ਨਿਆਣੀ ਆ ਸਾਡੇ ਚੌਂਕੇ ਚੁੱਲ੍ਹੇ ਵਾਲਾ ਆਵੇ ਹਾਂ ਵੇਖੀ ਇਹਦੇ ਹੱਡ ਸੇਕਦੀ ਯਾਰ ਤੁਸੀਂ ਦੋਵੇਂ ਕਿੱਦਾਂ ਆਣ ਕੇ ਮੈਨੂੰ ਸੂਈ ਕੁੱਤੀ ਵਾਂਗੂ ਵੱਢਣ ਪੈ ਗਏ ਜੇ ਕੋਈ ਮੇਰੀ ਵੀ ਸੁਣ ਲਓ ਉਹ ਤੈਨੂੰ ਬੋਲਣ ਦਾ ਬਿਲਕੁਲ ਨਹੀਂ ਪਤਾ ਮੇਰੇ ਬਾਰੇ ਤੂੰ ਬਾਹਰ ਮਾੜਾ ਚੰਗਾ ਕਹਿੰਦਾ ਰਹਿੰਦਾ ਵਾ ਹੁਣ ਤੂੰ ਆਪਣੀ ਭਾਬੀ ਨੂੰ ਮਾੜਾ ਬੋਲਣ ਡਿਆ ਪਿਆ ਵਾ ਉਹਨੂੰ ਕੀ ਕੁੱਤੀ ਕੁੱਤੀ ਕਹਿਣ ਡਿਆ ਵਾ ਕਰਨ ਵਾਲਾ ਨਾਲੇ ਇਹ ਕੌਣ ਹੁੰਦੀ ਮੇਰਾ ਚੁੱਲ੍ਹਾ ਅੱਡ ਕਰਨ ਵਾਲੀ ਮੇਰੀ ਇੱਕ ਗੱਲ ਕੰਨ ਖੋਲ ਕੇ ਤੁਸੀਂ ਦੋਵੇਂ ਸੁਣ ਲਓ ਮੈਂ ਇਸ ਘਰ ਦਾ ਤੇ ਪੈਲੀ ਦਾ ਅੱਧ ਦਾ ਮਾਲਕ ਆ ਮੈਂ ਤੁਹਾਡੇ ਕੋਲ ਕੁਝ ਮੰਗ ਕੇ ਨਹੀਂ ਖਾਣ ਡਿਆ ਆਪਣੇ ਹਿੱਸੇ ਦਾ ਖਾਣ ਡਿਆ ਵਾ ਤੂੰ ਬੋਲਦਾ ਕਿਦਾਂ ਸਾਨੂੰ ਤੂੰ ਸੁੱਖ ਦੇ ਕੁਝ ਪੇੜ ਮਾਰੀ ਆ ਸੁੱਖ ਓਏ ਸੁੱਖ ਉਹ ਤੂੰ ਹਲੇ ਤੱਕ ਸੁੱਤਾ ਲੋਕਾਂ ਨੇ ਸਾਰੇ ਕੰਮ ਕਰ ਲਏ ਉਹ ਆ ਗਏ ਤਾਂ ਆ ਰਿਹਾ ਕੀ ਹਾਲ ਚਾਲ ਨੇ ਉਹ ਵਧੀਆ ਵਧੀਆ ਭਰਾ ਤੇਰੀ ਨੀਂਦ ਨਹੀਂ ਖੁੱਲੀ ਹਜੇ ਤੱਕ ਕੀ ਗੱਲ ਆ ਉਹ ਗੱਲ ਤਾਂ ਕੋਈ ਨਹੀਂ ਯਾਰ ਬਸ ਨਾ ਮੈਂ ਰਾਤ ਨੂੰ ਲੇਟ ਸੁੱਤਾ ਉਹਦੇ ਕਰਕੇ ਕਿਉਂ ਕੀ ਗੱਲ ਰਾਤ ਜਗਰਾਤਾ ਕਰਦਾ ਰਿਹਾ ਨਹੀਂ ਨਹੀਂ ਰਾਤੀ ਰੋਟੀ ਜੋ ਆਪ ਪਕਾਉਣੀ ਪੈ ਗਈ ਮੈਨੂੰ ਤਾਂ ਕਰਕੇ ਤੂੰ ਆਪ ਪਕਾਈ ਤੇਰੀ ਭਾਬੀ ਨੂੰ ਕੀ ਹੋਇਆ ਵਾ ਉਹ ਭਾਬੀ ਤਾਂ ਬਿਲਕੁਲ ਠੀਕ ਆ ਤੇ ਫਿਰ ਉਹ ਯਾਰ ਕੱਲ੍ਹ ਮੈਂ ਨਾ ਦਵਾਈ ਲੈਣ ਗਿਆ ਮੈਂ ਲੇਟ ਹੋ ਗਿਆ ਆਹੋ ਭਰਾਵਾ ਤੇਰੀ ਵੇਟ ਕਰਦਾ ਕਰਦਾ ਮੈਂ ਵੀ ਘਰ ਚਲ ਗਿਆ ਮੈਨੂੰ ਇਹ ਸੀ ਮੇਰਾ ਬੁੱਢਾ ਨਾਲ ਗਾਲਾਂ ਕੱਢਣ ਡਿਆ ਪਏ ਤਾਂ ਤੇਰਾ ਕੀ ਪਤਾ ਤੂੰ ਘਰ ਆਉਣਾ ਵੀ ਆ ਜਾਂ ਨਹੀਂ ਆਉਣਾ ਉਹ ਜਾ ਕੇ ਲੈਣ ਆ ਵਾਹਿਗੁਰੂ ਵਾਹਿਗੁਰੂ ਕਰ ਕੀ ਮੂੰਹ ਬਕੀ ਜਾਂਦਾ ਵਾ ਜਿਵੇਂ ਦੇ ਸੁੱਖ ਤੇਰੇ ਕੰਮ ਹੈ ਨਾ ਤੂੰ ਇੱਕ ਦਿਨ ਘਰੋਂ ਨਿਕਲਦਾ ਜਾਣਾ ਵਾ ਪਰ ਤੂੰ ਵਾਪਸ ਨਹੀਂ ਆਉਣਾ ਉਹ ਯਾਰ ਮੈਨੂੰ ਇੱਕ ਗੱਲ ਦੱਸ ਅੱਜ ਤੇਰੀ ਤੇਰੇ ਬਾਪੂ ਨਾਲ ਲੜਾਈ ਹੋਈ ਆ ਉਹ ਨਹੀਂ ਨਹੀਂ ਭਰਾ ਫਿਰ ਨਾਲ ਦਾ ਫੋਨ ਆਇਆ ਕਿ ਨਹੀਂ ਆਇਆ ਆਹੋ ਉਹ ਤਾਂ ਯਾਰ ਰੋਜ਼ ਕਰਦੀ ਫੋਨ ਤੇ ਫਿਰ ਉਹਦੇ ਨਾਲ ਲੜਾਈ ਤੇਰੀ ਹੋਈ ਹੋਣੀ ਆ ਉਹ ਭਰਾਵਾ ਨਹੀਂ ਤੂੰ ਕਹਿਣਾ ਕੀ ਚਾਹੁੰਦਾ ਵਾ ਇਹੀ ਕਿ ਫਿਰ ਤੂੰ ਇਦਾਂ ਦੀਆਂ ਗੱਲਾਂ ਕਿਉਂ ਕਰਨ ਡਿਆ ਮੇਰੇ ਨਾਲ ਇੱਥੇ ਅਣ ਕੇ ਯਾਰ ਤੈਨੂੰ ਸਮਝਾਉਣ ਡਿਆ ਵਾਂ ਆਪਣੀ ਅੱਖਾਂ ਤੋਂ ਪਰਦਾ ਚੁੱਕ ਲਾ ਤੇ ਬਾਹਰ ਦੀ ਦੁਨੀਆ ਵੇ ਆ ਆਹੋ ਦੁਨੀਆ ਦੇ ਭਰਾ ਮੈਂ ਕੱਲ੍ਹ ਰਾਤ ਹੀ ਵੇਖ ਲਈ ਮਾਂ ਤੋਂ ਬਿਨਾਂ ਨਾ ਕੋਈ ਨਹੀਂ ਇੱਥੇ ਆਪਣਾ ਹੈਗਾ ਉਹ ਤੂੰ ਛੱਡ ਇਹ ਗੱਲਾਂ ਨੂੰ
तू मेरी गल सुन नाल दस के तन सुख गुस्सा ना करी साड़ी दुकान चो 500 रुपया तुही कढ़िया ना मैं ओ भी 500 रुपया ओ भी ताड़ी दुकान चो ओ भरावा तेनू अज होया की आ की खा के आया घरों जदों दा आया अपनी डबलियां मरी जाना अपने तू यार तू मैनू जवाब दे नाल तेनू मैं एक गल दसा मैं अपनी दुकान कदी कल्ली नहीं छड़ी जदों तू पानी मंगिया सी ना मेरे को मैं पानी लैन गया उस तो बाद 500 रुपया नहीं गले च भरावा पानी तो तेरे को ता मंगवाया ही मेरा डिया ही गला दर्द करना पर तू तो खंघन डिया आहो तो एक ही गल आ खंघना तो दर्द करना गला यार तू झूठ ना मार सचो सच दस दे 500 रुपया मुड़ना तो है नहीं वह तो लग गया होना के खाते मैं तो दिल के सुकून वास्ते आखन डिया कि पता लग जूगा तो मेरे दिल चो वह मुक जू यार मैं चंगा भला पैली बन्ने वाला बंदा वा है जिमीदार ही बंदे हैं तो मैं तेरी दुकान तो 500 रुपया कटना ही पर तेरे तो अलावा कोई बैठा भी नहीं दुकान मेरी तो जे कोई नहीं उत्थे बैठा एदा मतलब मैं चोरी कर ले दस हुण चल ठीक है यार ना दस तू यार केतन इन्नी पुरानी साडी यारी है ते तू आ किदां दे इल्जाम मेरे ते लाउण डया नाले मैं मानदा वा मैं कदे कदे चोरी कर लैंदा वा नाले लोकां ने ठग्गे मार लैंदा वा पर मैं अपने नाल कदी इदां नहीं कीता ठीक है यार सॉरी यार नाल मैं ते ते शक कीता आहो आहो चलिए बार फिर चल आ फिर चलिए यार चल अल्लो रोटी खा लो तुहानू की हो गया रोटी खा लो तेनू एक करा गया ना मैं नहीं खानी कल भी तुसीं अपने भरा मगर लग के मेरे थप्पर मारिया ही तू नहीं मारिया तो थप्पड़ ओ मेरे तो वड्डा ते तेरे तो वड्डा वा तेरा हक नहीं मानदा रे थप्पड़ मारन दा ओ मैनूं बोलिया किवें ही चलो छड्डो मैं क्यों किसे ते गुस्सा करा जो अपना घर नहीं चंगा की मतलब तेरा हले दिन चढ़िया ही आ तू कुद कलेश चालू भी करता वा कोई शर्म कर ला माड़ी मोटी मैं चली अपने पेके जब तुम इन्ना ही लगता मैं कुत कलेश पाउनी जब दफा हो जाए मेरी अखा सामने दूर दूर तक दिखी ना मैं चल तुर दियो डैडी मैनू माफ करो मैं जिंदगी तो हार गया पहला मैं तुहाडे तो उठ जाके लव मैरिज करवाई उदो मैं तुहाडी एक ना सुनी ते फिर मैं किरण नू कल्ली नू बाहर भेज के दूजी गलती कीती तुसीं मैनू बड़ा समझाया पर मैं फिर भी ना सुनी अज मैनू किरण ने किसी होर पिछे लग के छड़ता डैडी मेरे पले कुछ नहीं बजा ना मैं मूंह दिखाउण जोगा रह गया लोकां च डैडी मैनू माफ करती काश किते तेरी मैं उदन सुनी होंदी ना अज मैनू मरना ना पैंदा अज मैनू मरना ना पैंदा ਡੈਡੀ ਤੁਸੀਂ ਅਜੇ ਵੀ ਸੁੱਤੇ ਜੇ ਉਧਰ ਮੇਰੇ ਨਾਲ ਕੇਤਨ ਰੁਸ ਕੇ ਬਹਿ ਗਿਆ ਹੈ ਤੁਸੀਂ ਭਰਾ ਲੜਦੇ ਹੋ ਰਹਿੰਦੇ ਆਪਸ ਚ ਡੈਡੀ ਕੇਤਨ ਤੇ ਮੇਰੀ ਜਾਨ ਆ ਉਹ ਤਾਂ ਵੈਸੇ ਆਪਾਂ ਹੱਸਦੇ ਖੇਡਦੇ ਰਹਿੰਦੇ ਹਾਂ ਨਾਲੇ ਤੁਸੀਂ ਉਧਰਲੇ ਕਮਰੇ 'ਚ ਆ ਜਾਓ ਨਾ ਹੋਏ ਕਿ ਉਹ ਰੋੜ ਹੋ ਕੇ ਬੁਖਾਰ ਚੜ੍ਹਾ ਲੇ Suicidal talk.